ਸਰ ਜੇਕਰ ਸੈਲਰ ਦੀ ਗੱਲ ਕਰਾਂ, ਪੂਰਾ ਨਾਮ ਕੀ ਹੈ ਸੈਲਰ ਦਾ? ਸੈਲਰ ਦਾ ਨਾਮ ਹੈ ਸ਼ੰਕਰ ਰਾਈਸ ਐਂਡ ਜਨਰਲ ਮਿਲ ਜੀ, ਨਿਹਾਲ ਸਿੰਘ ਵਾਲਾ ਜੀ। ਇਹਦੇ ਨਾਲ ਹੀ ਆਪਣਾ ਟੂਡੇ ਮਿਲਕ ਪਲਾਂਟ ਆ, ਉਹਦੇ 'ਚ ਵੀ ਕਾਫੀ ਨੁਕਸਾਨ ਹੋਇਆ ਵਾ ਆਪਣਾ। ਉੱਧਰ ਵੀ ਬੋਇਲਰ ਦਾ ਹੀ ਨੁਕਸਾਨ ਹੋਇਆ ਵਾ, ਬੋਇਲਰ ਦੇ ਸ਼ੈੱਡ ਵਗੈਰਾ ਅਤੇ ਬੋਇਲਰ ਦੀਆਂ ਲਾਈਨਾਂ ਵਗੈਰਾ ਦਾ, ਅਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਜੀ ਸਾਰਾ ਕੁਛ। ਕਿੰਨੇ ਵਿਅਕਤੀ ਸਰ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਸੀ ਇੱਥੇ? ਵਿਅਕਤੀ ਜਦੋਂ ਇਹ ਤੂਫਾਨ ਆਇਆ ਉਦੋਂ ਤਾਂ ਸ਼ੈੱਡ ਦੇ ਨੀਚੇ 5-7 ਬੰਦੇ ਹੀ ਕੰਮ ਕਰ ਰਹੇ ਸੀ, ਅਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕੁਛ ਗੜਬੜ ਆ, ਉਹ ਨਾਲ ਦੀ ਨਾਲ ਬਾਹਰ ਨਿਕਲ ਗਿਆ, ਆਫਿਸ ਦੇ ਸਾਹਮਣੇ ਆ ਕੇ ਸਾਡੇ ਕੋਲ ਆ ਗਿਆ। ਪ੍ਰਵੀਨ ਜੀ, ਜਿਹੜਾ ਇਹ ਕਹਿ ਲਈਏ ਕਿ ਬੇਮੌਸਮੀ ਬਰਸਾਤ ਕਾਰਨ, ਗੜੇਮਾਰੀ ਕਾਰਨ ਜੋ ਵੀ ਇੱਥੇ ਨੁਕਸਾਨ ਹੋਇਆ ਜੀ, ਕਿਵੇਂ ਹੋਇਆ ਜੀ? ਤਕਰੀਬਨ 3:30-4 ਦੀ ਗੱਲ ਆ ਜੀ, ਇੰਨਾ ਕੁ ਤੇਜ਼ ਤੂਫਾਨ ਆਇਆ ਵੀ ਸਾਨੂੰ ਸੰਭਲਣਾ ਮੌਕਾ ਹੀ ਨਹੀਂ ਮਿਲਿਆ, ਨਾ ਸਾਡੀਆਂ ਲੇਬਰਾਂ ਨੂੰ ਨਾ ਸਾਨੂੰ। ਇਹ 5-4 ਮਿੰਟ 'ਚ ਸਾਰਾ ਕੁਛ ਹੋ ਗਿਆ। ਨੁਕਸਾਨ ਤਾਂ ਗੱਲ ਵੱਖਰੀ ਆ, ਪਰ ਜਿਹੜੀ ਸਾਡੀ ਲੇਬਰ ਕੰਮ ਕਰਦੀ ਸੀ, ਪਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਵੀ ਸਾਰੇ ਬੰਦੇ ਸਾਡੇ ਸੇਫ ਆ, ਕੋਈ ਵੀ ਬੰਦਾ ਸਾਡਾ ਗੁੰਮ ਨਹੀਂ ਹੈ, ਬਿਲਕੁਲ ਸਾਰੀ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਸਾਡਾ ਸਾਰਾ ਸਟਾਫ, ਅਸੀਂ ਖੁਦ, ਅਸੀਂ ਸਾਰੇ ਠੀਕ ਠਾਕ ਹੈ। ਜੋ ਸਾਡਾ ਨੁਕਸਾਨ, ਇਹ ਮਾਲੀ ਨੁਕਸਾਨ ਹੋਇਆ, ਇਹਦਾ ਫਿਲਹਾਲ ਅਜੇ ਕੋਈ ਵੀ ਮਤਲਬ ਜਜਮੈਂਟ ਨਹੀਂ ਕੀਤੀ ਜਾ ਸਕਦੀ ਵੀ ਕਿੰਨਾ ਨੁਕਸਾਨ ਹੋ ਗਿਆ। ਬਾਕੀ ਤੁਹਾਡੇ ਸਾਹਮਣੇ ਹੀ ਆ, ਤੁਸੀਂ ਮੰਜਰ ਜਿਹੜਾ ਕੁਦਰਤ ਦਾ ਮੰਜਰ ਆ ਤੁਹਾਡੇ ਸਾਹਮਣੇ ਹੀ ਆ, ਤੁਹਾਡੀ ਕੈਮਰੇ ਦੇ ਵਿੱਚ ਕੈਦ ਹੀ ਇਹ ਵੀ ਕੀ ਕੁਛ ਹੋਇਆ ਇਹ, ਤੇ 2-4 ਮਿੰਟ 'ਚ ਸਾਰਾ ਕੁਛ ਹੋ ਗਿਆ ਜੀ ਬਸ ਜੀ। ਔਰ ਤੁਸੀਂ ਕਹਿ ਰਹੇ ਸੀ ਕਿ ਕੁਝ ਕੁ ਜਿਹੜੇ ਵਿਅਕਤੀ ਨੇ, 1-2 ਤੁਹਾਡੇ ਮੁਲਾਜ਼ਮ ਨੇ, ਉਹ ਜ਼ਖਮੀ ਵੀ ਹੋਏ ਸੀ? ਉਹ ਥੋੜ੍ਹੇ ਬਹੁਤੇ ਜ਼ਖਮੀ ਸੀ, ਉਹਨਾਂ ਨੂੰ ਟ੍ਰੀਟਮੈਂਟ ਦੇ ਕੇ ਉਹ ਸਾਡੇ ਕੋਲ ਹੈਗੇ ਆ, ਕੋਈ ਦਿੱਕਤ ਨਹੀਂ, ਖਤਰੇ ਤੋਂ ਬਾਹਰ ਨੇ ਸਾਰੇ ਜੀ, ਕੋਈ ਪਰੇਸ਼ਾਨੀ ਵਾਲੀ ਗੱਲ। ਪ੍ਰਵੀਨ ਜੀ, ਜਿਸ ਤਰ੍ਹਾਂ ਦੇਖੋ ਮਿਲਰਸ ਵੀ ਤੁਹਾਨੂੰ ਕਾਫੀ ਕਾਲ ਕਰ ਰਹੇ ਹੋਣਗੇ, ਤੇ ਸਾਨੂੰ ਪਤਾ ਲੱਗਿਆ ਕਿ ਇੱਥੇ ਆਸ ਪਾਸ ਦੇ ਜਿਹੜੇ ਪਿੰਡ ਦੇ ਉੱਥੇ ਵੀ ਸੈਲਰ ਦੇ ਕਾਫੀ ਨੁਕਸਾਨ ਹੋਏ ਨੇ, ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਸਰ ਸਾਨੂੰ ਕਾਫੀ ਦੂਰੋਂ ਸਾਰੇ ਪੰਜਾਬ 'ਚੋਂ ਤਕਰੀਬਨ ਫੋਨ ਆ ਰਹੇ ਆ ਬਈ ਇਹ ਅਫਸੋਸ ਦਾ ਵੀ ਨੁਕਸਾਨ ਕਿਵੇਂ ਆ, ਜਾਨੀ ਨੁਕਸਾਨ ਤਾਂ ਨਹੀਂ ਹੈ ਕੋਈ, ਅਤੇ ਬਾਕੀ ਤਾਂ ਅਸੀਂ ਇਹਨੂੰ ਅਫੋਰਡ ਕਰਾਂਗੇ, ਸਾਰਾ ਕੁਛ ਸਾਡਾ ਪੁਰਾਣਾ ਬਿਜ਼ਨਸ ਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਪਰ ਸਾਡੇ ਭਰਾਵਾਂ ਦਾ ਕੁਛ, ਜਿਨ੍ਹਾਂ ਨੇ ਨਵੇਂ ਸੈਲਰ ਲਾਏ ਆ, ਉਹਨਾਂ ਦਾ ਬਹੁਤ ਨੁਕਸਾਨ ਹੋਇਆ ਵਾ, ਅਸੀਂ ਵੀ ਉਹਨਾਂ ਦੇ ਨਾਲ ਦੁੱਖ ਦੀ ਘੜੀ 'ਚ ਨਾਲ ਖੜ੍ਹੇ ਹਾਂ।